ਤੁਸੀਂ ਉਹ ਕੌਣ ਹੈ ਕਿਸੇ ਕੋਲ ਸਾਡਾ ਆਪਣਾ ਦੇਸ਼ ਹੈ ਉਹ ਮੈਸੇਜ ਪੰਜਾਬ 'ਚ ਵੀ ਅਸੀਂ ਦੇਣਾ ਅਤੇ ਦਿੰਦੇ ਰਹੇ ਹਾਂ ਅਤੇ ਪੂਰੇ ਦੇਸ਼ 'ਚ ਵੀ ਦੇਣਾ ਬਾਕੀ ਸਾਡਾ ਜਿਹੜਾ ਹੈਗਾ ਵੈਲਫੇਅਰ ਗਰੀਬ ਕਿਸਾਨ ਮਜ਼ਦੂਰ ਦੀ ਸੇਵਾ ਵਾਸਤੇ ਸਾਡਾ ਮਿਸ਼ਨ ਹੈ ਅਤੇ ਪੰਜਾਬ ਨੂੰ ਬੈਸਟ ਇਨਫਰਾਸਟ੍ਰਕਚਰ ਸਟੇਟ ਬਣਾ ਕੇ ਐਜੂਕੇਸ਼ਨ ਅਤੇ ਹੈਲਥ ਡਿਵੈਲਪ ਕਰਕੇ ਪੰਜਾਬ ਨੂੰ ਇੱਕ ਇੰਡਸਟਰੀਅਲ ਰੈਵੋਲਿਊਸ਼ਨ 'ਚ ਲੈ ਕੇ ਆਉਣਾ ਅਤੇ ਆਪਣੀ ਪੰਜਾਬ ਦੀ ਨੌਜਵਾਨੀ ਨੂੰ ਇੱਥੇ ਨੌਕਰੀਆਂ ਮਿਲ ਸਕਣ ਅਤੇ ਦੇਸ਼ ਦੇ ਵਿੱਚ ਵਾਪਸ ਗਲੋਰੀ ਪੰਜਾਬ ਦਾ ਨਾਂ ਫਿਰ ਤੋਂ ਆਏ ਜਿਵੇਂ ਤੁਸੀਂ ਦੇਖਿਆ ਅਸੀਂ ਪਿਛਲੀ ਸਰਕਾਰਾਂ 'ਚ ਕੀਤਾ ਤੁਸੀਂ ਆਪਣੇ ਗੁਰੂ ਘਰ 'ਚ ਤੁਸੀਂ ਮੀਡੀਆ ਤੁਸੀਂ ਇੱਥੇ ਬੈਠੀ ਹੋ ਤੁਸੀਂ ਅੰਮ੍ਰਿਤਸਰ ਸ਼ਹਿਰ ਦੀ ਗੁਰੂ ਦੀ ਨਗਰੀ ਦੀ ਹਾਲਤ ਵੀ ਦੇਖ ਲਓ ਜੋ ਪਹਿਲੇ ਸੀ ਜਿਵੇਂ ਬਾਦਲ ਸਾਹਿਬ ਦੀ ਸਰਕਾਰ 'ਚ ਅਸੀਂ ਕਿੰਨੀ ਡਿਵੈਲਪਮੈਂਟ ਕਰਾਈ ਅਤੇ ਪਿਛਲੇ 5-4 ਸਾਲਾਂ 'ਚ ਸਾਰਾ ਕੁਛ ਹੀ ਪਿੱਛੇ ਚਲਿਆ ਗਿਆ ਅਸੀਂ ਚਾਹੁੰਦੇ ਹਾਂ ਕਿ ਪਰਮਾਤਮਾ ਮਿਹਰ ਕਰੇ ਪਰਮਾਤਮਾ ਮੌਕਾ ਦੇ ਪਰਮਾਤਮਾ ਸਿਰ 'ਤੇ ਹੱਥ ਰੱਖੇ ਪੰਜਾਬ ਨੂੰ ਇੰਨੀ ਤਰੱਕੀ 'ਤੇ ਲੈ ਕੇ ਜਾਈਏ ਕਿ ਸਾਰੇ ਪੰਜਾਬੀ ਦੁਨੀਆ ਦੇ ਬਾਹਰੋਂ ਵੀ ਆਉਣ ਅਤੇ ਇੱਥੇ ਪੰਜਾਬੀ ਖੁਸ਼ ਹੋਣ ਅਤੇ ਮਾਣ ਹੋਏ ਕਿ ਸਾਡਾ ਸੂਬਾ ਬੈਸਟ ਸੂਬਾ ਹੈ। ਅੱਜ ਦਾ ਦਿਨ ਬੜਾ ਇਤਿਹਾਸਿਕ ਦਿਨ ਹੈ ਸਿੱਖ ਪੰਥ ਵਾਸਤੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ 100ਵੀਂ ਵਰ੍ਹੇਗੰਢ ਅੱਜ ਮਨਾਈ ਜਾ ਰਹੀ ਹੈ। 100 ਸਾਲ ਪਹਿਲੇ ਮਹੰਤਾਂ ਤੋਂ ਗੁਰੂ ਘਰਾਂ ਨੂੰ ਆਜ਼ਾਦ ਕਰਾਉਣ ਵਾਸਤੇ ਉਸ ਟਾਈਮ ਜਿਹੜੀ ਮਰਿਆਦਾ ਨਹੀਂ ਚਲਾਈ ਜਾ ਰਹੀ ਸੀ ਗੁਰੂ ਘਰਾਂ 'ਚ ਆਪਣੇ ਬਜ਼ੁਰਗਾਂ ਨੇ ਇੱਕ ਕਮੇਟੀ ਬਣਾਈ ਜਿਸ ਦਾ ਨਾਂ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦਾ ਮਕਸਦ ਸੀ ਕਿ ਸਾਰੇ ਗੁਰੂ ਘਰਾਂ ਨੂੰ ਇੱਕ ਮਰਿਆਦਾ ਥੱਲੇ ਲਿਆ ਕੇ ਅਤੇ ਉਹਦੀ ਸੇਵਾ ਸੰਭਾਲ ਲਈ ਵਧੀਆ ਤਰੀਕੇ ਨਾਲ ਸੇਵਾ ਸੰਭਾਲ ਕੀਤੀ ਜਾਏ ਇੱਕ ਡੈਮੋਕ੍ਰੈਟਿਕ ਤਰੀਕੇ ਨਾਲ। ਪਰ ਜਦੋਂ ਕਮੇਟੀ ਬੈਠੀ ਤਾਂ ਉਹਨਾਂ ਨੇ ਦੇਖਿਆ ਕਿ ਸਿੱਖ ਪੰਥ ਨੂੰ ਇੱਕ ਸਿਆਸੀ ਪਾਰਟੀ ਦੀ ਲੋੜ ਹੈ ਜਿਹੜੀ ਪੰਥ ਦੀਆਂ ਜਿਹੜੀਆਂ ਜ਼ਰੂਰਤਾਂ ਹਨ ਪੰਥ ਦੀ ਚੜ੍ਹਦੀ ਕਲਾ ਵਾਸਤੇ ਜਦੋਂ ਵੀ ਕੋਈ ਪੰਥ ਨੂੰ ਮੁਸ਼ਕਲ ਹੋਏ ਇੱਕ ਪਾਰਟੀ ਹੋਏ ਜਿਹੜੀ ਲੜਾਈ ਲੜ ਸਕੇ ਅਤੇ ਇੱਕ ਮਹੀਨੇ ਬਾਅਦ ਉਦੋਂ ਆਪਣੇ ਬਜ਼ੁਰਗਾਂ ਨੇ ਬਹਿ ਕੇ 1920 ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ। ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ
ਗੁਰੂ ਸਾਹਿਬਾਨ ਦੇ ਦੱਸੇ ਹੋਏ ਸਿਧਾਂਤਾਂ 'ਤੇ ਚੱਲਣ ਵਾਲੀ ਪਾਰਟੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ। ਇਕੱਲੀ ਇੱਕ ਪਾਰਟੀ ਹੈ ਦੁਨੀਆ ਵਿੱਚ ਜਿਨ੍ਹਾਂ ਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ, ਕਿਉਂਕਿ ਪਿਛਲੇ 100 ਸਾਲ ਦੇ ਇਤਿਹਾਸ ਨੂੰ ਜੇ ਵੰਡੀਏ ਤਾਂ ਦੇਖੀਏ 1947 ਆਜ਼ਾਦੀ ਤੋਂ ਪਹਿਲੇ ਦਾ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਅਤੇ ਆਜ਼ਾਦੀ ਦੇ ਬਾਅਦ ਦਾ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ। ਆਜ਼ਾਦੀ ਤੋਂ ਪਹਿਲੇ ਆਜ਼ਾਦੀ ਦੀ ਲੜਾਈ, ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਜੇ ਸਭ ਤੋਂ ਵੱਧ ਸੰਘਰਸ਼ ਕੀਤਾ, ਲੜਾਈ ਲੜੀ, ਕੁਰਬਾਨੀਆਂ ਦਿੱਤੀਆਂ, ਸ਼ਹਾਦਤਾਂ ਦਿੱਤੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਅਤੇ ਵਰਕਰਾਂ ਨੇ ਕੀਤੀਆਂ। ਚਾਬੀ ਦਾ ਮੋਰਚਾ ਜਿਹੜਾ ਜਿੱਤਿਆ, ਚਾਬੀਆਂ ਦਾ ਮੋਰਚਾ ਜਿੱਤਿਆ, ਉਦੋਂ ਮਹਾਤਮਾ ਗਾਂਧੀ ਜੀ ਨੇ ਚਿੱਠੀ ਲਿਖ ਕੇ ਕਿਹਾ ਕਿ ਆਜ਼ਾਦੀ ਦੀ ਪਹਿਲੀ ਲੜਾਈ ਆਪਾਂ ਜਿੱਤ ਗਏ ਹਾਂ। ਕਿਉਂ ਕਿਹਾ? ਕਿਉਂਕਿ ਇੱਕ ਡੈਮੋਕ੍ਰੈਟਿਕ ਤਰੀਕੇ ਨਾਲ ਦੇਸ਼ ਨੂੰ ਦਿਖਾ ਦਿੱਤਾ ਕਿ ਆਪਾਂ ਅੰਗਰੇਜ਼ਾਂ ਤੋਂ ਲੜਾਈ ਜਿੱਤ ਸਕਦੇ ਹਾਂ। ਜੋ ਤਾਕਤ ਨਾਲ ਜਿਵੇਂ ਆਪਣੇ ਵਰਕਰਾਂ ਨੇ ਲੜਾਈ ਲੜੀ ਅਤੇ ਅੰਗਰੇਜ਼ਾਂ ਨੂੰ ਝੁਕਣਾ ਪਿਆ, ਇੱਕ ਹੌਂਸਲਾ ਬਣ ਗਿਆ ਪੂਰੇ ਦੇਸ਼ ਵਿੱਚ ਕਿ ਜੇ ਆਪਾਂ ਪੂਰਾ ਦੇਸ਼ ਅਕਾਲੀ ਦਲ ਜਿਵੇਂ ਸੰਘਰਸ਼ ਕਰਕੇ ਕਾਮਯਾਬ ਹੋਇਆ, ਆਪਾਂ ਦੇਸ਼ ਵੀ ਕਾਮਯਾਬ ਹੋ ਸਕਦਾ ਅਤੇ ਦੇਸ਼ ਆਜ਼ਾਦ ਹੋ ਸਕਦਾ। ਆਜ਼ਾਦੀ ਦੇ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰ ਅਤੇ ਵਰਕਰ ਸਾਹਿਬਾਨ ਨੇ ਜਦੋਂ ਜਦੋਂ ਕੌਮ ਨੂੰ, ਪੰਜਾਬ ਨੂੰ, ਕਿਸਾਨ ਨੂੰ, ਗਰੀਬ ਨੂੰ ਕੋਈ ਵੀ ਮੁਸ਼ਕਲ ਆਈ, ਜੇ ਲੜਾਈ ਲੜੀ ਸ਼੍ਰੋਮਣੀ ਅਕਾਲੀ ਦਲ ਨੇ ਲੜੀ। ਜਦੋਂ ਦੇਸ਼ ਨਾਲ ਵੰਡ ਹੋਈ ਅਤੇ ਆਪਣਾ ਨਾਲ ਵਾਅਦਾ ਕੀਤਾ ਗਿਆ ਸੀ ਸਿੱਖ ਪੰਥ ਨੂੰ ਕਿ ਉਹਨਾਂ ਦੀ ਜਿਹੜੀ ਸੂਬਾ ਬਣਾਇਆ ਜਾਏਗਾ ਬੋਲੀ ਦੇ ਤਹਿਤ ਸੂਬਾ ਬਣਾਇਆ ਜਾਏਗਾ, ਪਰ ਆਪਣੇ ਨਾਲ ਧੋਖਾ ਕੀਤਾ ਗਿਆ। ਫਿਰ ਸ਼੍ਰੋਮਣੀ ਅਕਾਲੀ ਦਲ ਨੇ ਸੰਘਰਸ਼ ਕਰਕੇ ਪੰਜਾਬੀ ਸੂਬਾ ਦੀ ਮੋਰਚਾ ਲਾ ਪੰਜਾਬੀ ਸੂਬੇ ਦਾ ਮੋਰਚਾ ਲਾ ਕੇ ਪੰਜਾਬ ਦਾ ਗਠਨ ਹੋਇਆ। ਜਦੋਂ ਐਮਰਜੈਂਸੀ ਵਿੱਚ ਗਾਂਧੀ ਪਰਿਵਾਰ ਨੇ ਦੇਸ਼ ਵਿੱਚ ਜ਼ੁਲਮ ਕੀਤਾ, ਹਿਊਮਨ ਰਾਈਟਸ ਦੀ ਸਾਰੀ ਵਾਇਲੇਸ਼ਨ ਸ਼ੁਰੂ ਹੋ ਗਈਆਂ, ਇੱਕੋ ਇੱਕ ਪਾਰਟੀ ਹੈ ਦੇਸ਼ ਦੀ ਜਿਹਨੇ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ 50-60 ਹਜ਼ਾਰ ਲੋਕਾਂ ਨੂੰ ਜਥਿਆਂ ਵਿੱਚ ਭੇਜ ਕੇ ਕਈ ਹਜ਼ਾਰ ਸ਼ਹੀਦੀਆਂ ਪਾ ਕੇ ਉਹਨਾਂ ਨੇ ਦੇਸ਼ ਨੂੰ ਉਸ ਐਮਰਜੈਂਸੀ ਦੇ ਕਾਨੂੰਨ ਤੋਂ ਬਚਾਇਆ, ਅਤੇ ਸ਼੍ਰੋਮਣੀ ਅਕਾਲੀ ਦਲ ਦਾ ਯੋਗਦਾਨ ਹੈ ਕਿ ਆਪਣਾ ਸੂਬਾ, ਅਫਸੋਸ ਨਾਲ ਕਹਿਣਾ ਪੈਂਦਾ, 15-20 ਸਾਲ ਪਹਿਲੇ, 25 ਸਾਲ ਪਹਿਲੇ ਆਪਾਂ ਜੇ ਹਿੰਦੁਸਤਾਨ ਵਿੱਚ ਮੰਨਿਆ ਜਾਂਦਾ ਸੀ ਕਿ ਪੰਜਾਬ ਨੂੰ 1 ਨੰਬਰ ਦਾ ਸੂਬਾ ਮੰਨਿਆ ਜਾਂਦਾ ਸੀ। ਜਿਹੜਾ ਔਖਾ ਦੌਰ, ਬੁਰਾ ਦੌਰ ਆਪਣੇ ਪੰਜਾਬ 'ਚ ਆਇਆ 10-15 ਸਾਲ, ਉਹਦੇ ਨਾਲ ਪੰਜਾਬ ਬਹੁਤ ਪਿੱਛੇ ਚਲੇ ਗਿਆ। ਹੁਣ ਪੰਜਾਬ ਨੂੰ ਵਾਪਸ ਕਿਵੇਂ ਲੈ ਕੇ ਆਉਣਾ ਉਸ ਗਲੋਰੀ 'ਚ? ਸਭ ਤੋਂ ਇੰਪੋਰਟੈਂਟ ਹੈ ਕਿ ਆਪਾਂ ਆਪਣਾ ਇਨਫਰਾਸਟ੍ਰਕਚਰ ਸਭ ਤੋਂ ਬਿਹਤਰੀਨ ਬਣਾ ਦਈਏ ਕਿ ਲੋਕ ਆਪਣੇ ਆਪ ਹੀ ਇੱਥੇ ਆਉਣ। ਅੱਜ ਲੋਕ ਅਮਰੀਕਾ, ਕੈਨੇਡਾ, ਦੁਬਈ ਕਿਉਂ ਜਾਂਦੇ ਹੈ? ਕਿਉਂਕਿ ਉੱਥੇ ਇੰਨੀ ਤਰੱਕੀ ਹੋਈ ਹੈ, ਇਨਫਰਾਸਟ੍ਰਕਚਰ ਇੰਨਾ ਵਧੀਆ ਹੈ, 24 ਘੰਟੇ ਬਿਜਲੀ ਸੀ, ਏਅਰਪੋਰਟ ਹੈ, ਸੜਕਾਂ ਹੈ, ਸਾਰੀਆਂ ਚੀਜ਼ਾਂ ਹੈ। ਸੋ ਜੇ ਆਪਾਂ ਸੂਬੇ ਨੂੰ ਅੱਗੇ ਲੈ ਕੇ ਜਾਣਾ, ਆਪਾਂ ਨੂੰ ਉਹੀ ਚੀਜ਼ਾਂ ਇੱਥੇ ਬਣਾਉਣੀਆਂ ਪੈਣੀਆਂ। ਅਤੇ ਮੈਨੂੰ ਖੁਸ਼ੀ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸਰਕਾਰ ਦੇ ਦੌਰਾਨ ਅਸੀਂ ਆਪਣਾ ਇਨਫਰਾਸਟ੍ਰਕਚਰ ਪੰਜਾਬ ਦਾ ਵਰਲਡ ਕਲਾਸ ਬਣਾਉਣ ਤਰਫ ਚੱਲ ਗਏ। ਅਤੇ ਅੱਜ ਖੁਸ਼ੀ ਹੈ, ਪਿਛਲੇ 5-7 ਸਾਲ ਜੋ ਬਾਦਲ ਸਾਹਿਬ ਦੀ ਸਰਕਾਰ ਰਹੀ ਹੈ, ਜਿਹੜੇ ਵੱਡੀਆਂ ਮੁਸ਼ਕਲਾਂ ਆਪਣੇ ਪੰਜਾਬੀਆਂ ਨੂੰ ਹੋ ਰਹੀਆਂ ਸੀ ਕਿ ਬਿਜਲੀ ਦੇ ਕੱਟ ਲੱਗਦੇ ਸੀ, ਅਸੀਂ ਬਿਜਲੀ ਸਰਪਲਸ ਕੀਤੀ। ਜਿਹੜੀਆਂ ਆਪਣੀਆਂ ਸੜਕਾਂ ਛੋਟੀਆਂ ਸੀ ਕਿ ਜਿਹਦੇ ਕਰਕੇ ਹਜ਼ਾਰਾਂ ਐਕਸੀਡੈਂਟ ਹੁੰਦੇ ਸੀ, ਅਸੀਂ 4-6 ਲੇਨ ਦੀ ਜਾਲ ਬਿਛਾਏ। ਆਪਣੇ ਪੰਜਾਬ ਨੂੰ ਦੁਨੀਆ ਨਾਲ ਜੋੜਨ ਵਾਸਤੇ, ਦੇਸ਼ ਨਾਲ ਜੋੜਨ ਵਾਸਤੇ ਏਅਰਪੋਰਟਾਂ ਦੀ ਲੋੜ ਸੀ, 4-5 ਏਅਰਪੋਰਟ ਬਣਾਏ। ਆਹ ਚੀਜ਼ਾਂ ਬਣਾਉਣ ਨਾਲ ਕੀ ਹੋਇਆ ਕਿ ਅੱਜ ਪੰਜਾਬ ਦੇ ਵਿੱਚ ਲੋਕ ਜੋ ਆਉਂਦੇ ਹੈ, ਬਾਹਰੋਂ ਆਉਂਦੇ ਹੈ, NRI ਆਉਂਦੇ ਹੈ, ਇਨਵੈਸਟਰ ਆਉਂਦੇ ਹੈ, ਦੇਖਦੇ ਆ ਕਿ ਪੰਜਾਬ ਹੁਣ ਬਹੁਤ ਤਰੱਕੀ 'ਤੇ ਹੈ। ਹੁਣ ਉਹਨਾਂ ਦਾ ਜੀ ਕਰ ਰਿਹਾ ਕਿ ਇੱਥੇ ਇਨਵੈਸਟ ਕਰੀਏ। ਸੋ ਆਹ ਜਿਹੜਾ ਸਾਡੀ ਸੋਚ ਹੈ ਪੰਜਾਬ ਦੇ ਇਨਫਰਾਸਟ੍ਰਕਚਰ ਨੂੰ, ਅਸੀਂ ਵਚਨਬੰਦ ਹੈ ਸ਼੍ਰੋਮਣੀ ਅਕਾਲੀ ਦਲ। ਜਿਸ ਤਰੀਕੇ ਨਾਲ ਅਸੀਂ ਇਨਫਰਾਸਟ੍ਰਕਚਰ ਬਣਾਉਣਾ ਸ਼ੁਰੂ ਕਰ ਦਿੱਤਾ, ਪਰਮਾਤਮਾ ਮਿਹਰ ਕਰੇ, ਪਰਮਾਤਮਾ ਸਾਨੂੰ ਸਿਰ 'ਤੇ ਹੱਥ ਰੱਖੇ, ਮੌਕਾ ਦੇ, ਐਸੇ ਜਿਹੜੇ ਇਨਫਰਾਸਟ੍ਰਕਚਰ ਬਣਾਏ ਇਹ ਤੋਂ ਵੀ ਵਧੀਆ ਬਣਾ ਕੇ, ਵਰਲਡ ਕਲਾਸ ਇਨਫਰਾਸਟ੍ਰਕਚਰ ਬਣਾ ਕੇ ਇੱਥੇ ਪੰਜਾਬ ਨੂੰ IT ਅਤੇ ਇੰਡਸਟਰੀ ਦਾ ਹੱਬ ਬਣਾਇਆ ਜਾਏ, ਕਿਉਂਕਿ ਪੰਜਾਬ ਦੇ ਜਵਾਨੀ ਨੂੰ ਬਚਾਉਣ ਵਾਸਤੇ ਇੰਡਸਟਰੀ ਦੀ ਬੜੀ ਲੋੜ ਹੈ।
जे इंडस्ट्री की लोड़ है तो इंडस्ट्री वास्ते दो चीज़ों की होर बड़ी लोड़ है, एक एजुकेशन की, एक हेल्थ केयर की। जिहड़ी साडी फ्यूचर पॉलिसी अकाली दल की असी पार्टी की है कि अपनी परमात्मा मेहर करे सरकार बने, साडी प्रायोरिटी रहेगी कि एजुकेशन लैवल पंजाब का ऐसा अपग्रेड किया जाए कि अपना एजुकेशन लैवल हिंदुस्तान के किसी भी सूबे नाल कंपीट कर सके, तो इंटरनेशनली कंपीट कर सके, तो गरीब नू एजुकेशन मिल सके। अज की है बेचारे गरीब एजुकेशन तो वांझे हो रहे हैं, जिहड़ियां स्कीम पेंशन दी आ उन्हां दी स्कॉलरशिप स्कीम सी ओह भी खत्म हो गई, पर असी वापस प्रायोरिटी है साडी सरकार दी कि एजुकेशन आपां वर्ल्ड क्लास करनी करनी है। सानू पूरा मैनू यकीन है, मैनू पूरा विश्वास है जे आपां नौजवानों नूं पढ़ा दांगे ते वधिया हाई क्लास एजुकेशन देवांगे, अपने आप ही नौजवान अपने पैरां ते खड़े होकर भावें देश दे कोने कोने च नौकरी कर सकदे आ, पंजाब च वी कर सकदे आ, दुनिया च वी जा सकदे आ। सो एजुकेशन, ते दूजा हैगा मैडिकल हैल्थ केयर। अपने लोगों नूं, गरीब खास करके गरीबों नूं, हज़ारां गरीबों की जाना जा रही हैं कि उन्हां नूं कोई सहूलत ही है नहीं। सो आ साडियां प्रायोरिटीज़ है। मैं अखीर विच सारे जथेबंदी नूं, सारे सिख पंथ नूं वधाई देना चाहुंदा। अज उन्हां दी जथेबंदी, कौम दी जथेबंदी, पंजाबियों दी जथेबंदी श्रोमणी अकाली दल दे 100वें वरीगंढ है। आ 100 एक पूरा साल असी जिहड़े साडे वर्करां ने पिछले 100 सालां, जिहड़े परिवारां ने 100 सालां कौम खातर देश खातर शहादतां दित्तियां, असी उन्हां परिवारां कोल जाके उन्हां नूं सन्मान भी करांगे, उन्हां दीआं कुरबानियां नूं दूजे वर्करां नूं भी दसांगे, सो दैट अगली नवीं पीढ़ी नूं पता लग जाए कि श्रोमणी अकाली दल 100 सालां च किवें वर्करां ने अपने देश खातर ते अपने सूबे खातर ते खास करके सिख पंथ खातर किवें उन्होंने लड़ाइयां लड़ियां, संघर्ष किए, ते किसी चीज़ की आँच ना सिख पंथ नूं आउण दित्ती, ना देश नूं आउण दित्ती, ना सूबे नूं आउण दित्ती। ਹੁੰਦੀ ਹੈ ਸਰਕਾਰਾਂ ਦੀ ਹੁੰਦੀ ਹੈ। ਸਰਕਾਰ ਦਾ ਮਤਲਬ ਹੈ ਕਾਨੂੰਨ ਬਣਾਉਣੇ ਲੋਕਾਂ ਵਾਸਤੇ, ਜਨਤਾ ਵਾਸਤੇ। ਜੇ ਜਨਤਾ ਨੂੰ ਕਾਨੂੰਨ ਪਸੰਦ ਹੀ ਨਹੀਂ, ਫਿਰ ਈਗੋ ਕਿਹਦੀ ਹੈ? ਸਰਕਾਰ ਦੀ ਹੈ। ਮੈਂ ਬੇਨਤੀ ਕਰਨਾ ਚਾਹੁੰਦਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਯੂਨਿਟ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਉਹ ਜਾਣ ਉੱਥੇ ਸੈਂਟਰਲੀ ਆਪਣੀ ਸਰਕਾਰ ਨਾਲ ਗੱਲ ਕਰਨ ਅਤੇ ਦੱਸਣ ਕਿ ਪੰਜਾਬ ਦੀ ਜਨਤਾ ਵਿੱਚ ਮਾਹੌਲ ਕੀ ਹੈ। ਮੈਨੂੰ ਲੱਗਦਾ ਕਿ ਦਿੱਲੀ 'ਚ ਬੈਠੇ ਜਿਹੜੇ ਹੁਕਮਰਾਨ ਹੈ ਉਹਨਾਂ ਨੂੰ ਥੱਲੇ ਫੀਡਬੈਕ ਨਹੀਂ ਪਤਾ, ਸਹੀ ਫੀਡਬੈਕ ਦੱਸਣ ਕਿ ਦੇਸ਼ ਦੇ ਕਿਸਾਨ ਦੀ ਆਵਾਜ਼ ਕੀ ਹੈ। ਜੇ ਸਹੀ ਫੀਡਬੈਕ ਦੇਖ ਲੈਣ, ਮੈਂ ਤੁਹਾਨੂੰ ਅੱਜ ਦੱਸਾਂ, ਜੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਮੋਦੀ ਸਾਹਿਬ ਦੀ ਜਗ੍ਹਾ 'ਤੇ ਪ੍ਰਧਾਨ ਮੰਤਰੀ ਹੁੰਦੇ, ਉਹਨਾਂ ਨੇ ਪਹਿਲੀ ਗੱਲ ਤਾਂ ਕਾਨੂੰਨ ਹੀ ਬਣਾਉਣੇ ਸੀ, ਨਹੀਂ ਤਾਂ ਉਹ ਜਦੋਂ ਵੀ ਫੈਸਲਾ ਕਰਦੇ ਆ ਜਨਤਾ ਨੂੰ ਦੇਖ ਕੇ ਫੈਸਲਾ ਕਰਦੇ ਆ, ਅਤੇ ਜੇ ਫੈਸਲਾ ਲੈਣਾ ਪਏ ਕਿਤੇ ਈਗੋ ਨਹੀਂ ਰੱਖੀ ਉਹਨਾਂ ਨੇ। ਜਿਹੜੇ ਕਾਨੂੰਨ ਬਣਾਏ ਆ ਕਿਸਾਨ ਨੂੰ ਤਾਂ ਨੁਕਸਾਨ ਹੈ। ਆ ਸਾਰੀ ਕਾਰਪੋਰੇਟ ਜਿਹੜੇ ਇੰਡਸਟਰੀ, ਕਈ ਕਾਰਪੋਰੇਟ ਹਾਊਸਿਸ ਹੈ ਉਹਨਾਂ ਨੂੰ ਫਾਇਦਾ। ਉਹੀ ਸਟੈਂਡ ਹੈ ਆਨੰਦਪੁਰ ਸਾਹਿਬ ਮਤੇ ਦਾ, ਜਿਹੜਾ ਮੇਨ ਬੇਸ ਸੀ ਫੈਡਰਲ ਢਾਂਚਾ ਦੇਸ਼ ਦਾ। ਮੈਂ ਆਪ ਸ਼ੁਰੂਆਤ ਕੀਤੀ ਹੈ ਕਿ ਫੈਡਰਲ ਢਾਂਚਾ ਅੱਜ, ਪਹਿਲੇ ਜਿਹੜੇ ਉਦੋਂ ਲੋਕ ਸਮਝਦੇ ਸੀ ਆਹ ਵੱਖਵਾਦ ਦਾ ਏਜੰਡਾ, ਅੱਜ ਉਹ ਨੈਸੈਸਿਟੀ ਬਣ ਗਿਆ। ਅੱਜ ਆਹ ਫੈਡਰਲ ਢਾਂਚੇ ਦੀ ਆਵਾਜ਼ ਤਾਮਿਲਨਾਡੂ ਤੋਂ ਲੈ ਕੇ, ਮਣੀਪੁਰ ਤੋਂ ਲੈ ਕੇ, ਕਸ਼ਮੀਰ ਤੱਕ ਹਰ ਸੂਬੇ ਦੀ ਆਵਾਜ਼ ਬਣ ਗਈ ਹੈ, ਜੋ ਆਵਾਜ਼ 20-25 ਸਾਲ ਪਹਿਲੇ ਸ਼੍ਰੋਮਣੀ ਅਕਾਲੀ ਦਲ ਨੇ ਉਠਾਈ ਸੀ। 25 ਸਾਲ ਤੋਂ ਅਕਾਲੀ ਦਲ ਨੇ ਕਦੀ ਵੀ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੀ ਗੱਲ ਨਹੀਂ ਕੀਤੀ। ਲਗਾਤਾਰ ਸ਼੍ਰੋਮਣੀ ਅਕਾਲੀ ਦਲ ਹਰ ਮੈਨੀਫੈਸਟੋ 'ਚ, ਹਰ ਫੋਰਮ ਵਿੱਚ ਜਿੱਥੇ ਸਾਡੀ ਗੱਲ ਹੈ, ਅੱਜ ਸਾਡੇ ਗੱਲ ਕਰਨ ਵਾਲੀ ਅੱਜ ਦੁਨੀਆ ਹਿੰਦੁਸਤਾਨ ਫੈਡਰਲਿਜ਼ਮ ਦੀ ਗੱਲ ਹੋਣ ਲੱਗ ਗਈ। ਜੇ ਅਸੀਂ ਨਾ ਗੱਲ ਸ਼ੁਰੂ ਕਰਦੇ ਤਾਂ ਅੱਜ ਹੋਣੀ ਨਹੀਂ ਸੀ। ਜਿਸ ਸਪੀਡ ਨਾਲ ਆਵਾਜ਼ 20 ਸਾਲ ਤੋਂ ਚੱਲੀ ਹੈ, ਉਹ ਆਵਾਜ਼ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਕੀਤੀ ਹੈ। ਪੰਜਾਬੀ ਪਾਰਟੀ ਕਿਉਂ ਕਿਹਾ ਜਾਂਦਾ ਜੀ? ਕਹਿੰਦੇ ਪੰਜਾਬੀ ਪਾਰਟੀ ਬਣ ਚੁੱਕੀ ਹੈ, ਸਿੱਖਾਂ ਦੀ ਪਾਰਟੀ ਤੋਂ ਪੰਜਾਬੀ ਪਾਰਟੀ ਕਿਹਾ ਜਾਂਦਾ? ਜਿਹਨਾਂ ਪੰਜੇ ਗੱਲਾਂ ਤੇ ਮੂੰਹ ਦਿਖਾਉਂਦੇ ਆ। ਮੈਂ ਤੁਹਾਨੂੰ ਜਿਹੜੀ ਮੇਰੀ ਗੱਲ ਕੀਤੀ ਹੈ, ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ, ਅਤੇ ਗੁਰੂ ਸਾਹਿਬ ਨੇ ਕੀ ਕਿਹਾ ਆਪਾਂ ਨੂੰ ਸਿੱਖਿਆ ਦਿੱਤੀ ਹੈ ਕਿ ਸਾਰੇ ਧਰਮਾਂ ਦੀ ਪਾਰਟੀ,
ਉਹ ਮੀਰੀ ਪੀਰੀ ਦਾ ਜਿਹੜਾ ਦੇਸ਼ ਹੈ ਅਤੇ ਸਾਰੇ ਧਰਮ ਪੰਜਾਬ ਨੂੰ ਰਿਪ੍ਰਜੈਂਟ ਕਰਦੇ ਆ, ਆਪਣਾ ਘਰ ਹੈ ਪੰਜਾਬ। ਪੰਜਾਬ ਵਿੱਚ ਹਿੰਦੂ, ਸਿੱਖ, ਮੁਸਲਿਮ, ਈਸਾਈ ਸਾਰੇ, ਔਰ ਸਾਰਿਆਂ ਨੂੰ ਰਿਪ੍ਰਜੈਂਟ ਕਰਨ ਵਾਸਤੇ, ਕਿਉਂਕਿ ਸਾਡੀ ਸਰਬੱਤ ਦੇ ਭਲੇ ਦੀ ਜੋ ਆਪਾਂ ਸਿੱਖਿਆ ਦਿੱਤੀ ਹੈ, ਇਸ ਗੁਰੂਆਂ ਗੁਰੂ ਸਾਹਿਬਾਂ ਦੇ ਸਿਧਾਂਤਾਂ ਅਤੇ ਸਿੱਖਿਆ 'ਤੇ ਚੱਲ ਰਹੇ। ਕਿਸਾਨਾਂ ਦਾ ਅੰਦੋਲਨ, ਦੇਸ਼ ਦਾ ਅੰਦੋਲਨ, ਮੈਂ ਅੱਜ ਕਿਸਾਨਾਂ ਦਾ ਅੰਦੋਲਨ ਜਾ ਚੁੱਕਾ, ਸ਼੍ਰੋਮਣੀ ਹੜਤਾਲ ਦੇ ਉੱਤੇ ਜਿਹੜੀਆਂ ਜਥੇਬੰਦੀਆਂ ਜਾ ਚੁੱਕੀਆਂ, ਸ਼੍ਰੋਮਣੀ ਅਕਾਲੀ ਦਲ ਇਹ ਸੰਘਰਸ਼ ਵਿੱਚ ਪੂਰਾ ਯੋਗਦਾਨ ਦੇ ਰਿਹਾ। ਸਾਡੇ ਸਾਰੇ ਵਰਕਰਾਂ ਦੀ ਡਿਊਟੀਆਂ ਲੱਗੀਆਂ ਕਿ ਅਸੀਂ ਪੂਰਾ ਸਹਿਯੋਗ ਦਿਓ। ਅਸੀਂ ਜਾਣ ਕੇ ਆਪ ਅੱਗੇ ਨਹੀਂ ਆ ਰਹੇ ਐਜ਼ ਅ ਲੀਡਰ ਸੀਨੀਅਰਸ਼ਿਪ, ਬਿਕੋਜ਼ ਅਸੀਂ ਚਾਹੁੰਦੇ ਨਹੀਂ ਕਿ ਸੈਂਟਰ ਦੀ ਸਰਕਾਰ, ਮੋਦੀ ਸਰਕਾਰ ਇਹਨੂੰ ਪੋਲੀਟੀਕਲ ਕਹਿ ਕੇ, ਪੋਲੀਟੀਕਲ ਹੈਗੀ ਬਤੌਰ ਮੈਂਬਰ ਜਿਹੜਾ ਹੈਗਾ ਵਿਦਾ ਪੋਲੀਟੀਕਲ, ਜਦੋਂ ਪਾਰਲੀਮੈਂਟ ਅਤੇ ਜਿਹੜਾ ਜਿਹੜਾ ਕਮਿਟਮੈਂਟ ਜਿਹੜਾ ਪਾਰਲੀਮੈਂਟ ਵਿੱਚ, ਜਦੋਂ ਪਾਰਲੀਮੈਂਟ ਆਊਗਾ ਆਊਗਾ, ਅਸੀਂ ਉੱਥੇ ਵੀ ਕੋਸ਼ਿਸ਼ ਕਰਾਂਗੇ ਕਿ ਸਾਰੀਆਂ ਪਾਰਟੀਆਂ ਨੂੰ ਇਕੱਠਾ ਕਰਕੇ ਦਬਾਅ, ਪਹਿਲੇ ਵੀ ਕੀਤਾ ਸੀ ਅਤੇ ਹੁਣ ਵੀ ਦਬਾਅ, ਕਿ ਅਸੀਂ ਆਪਣਾ ਇਹਨੂੰ ਮਜਬੂਰ ਕਰੀਏ, ਸੈਂਟਰ ਸਰਕਾਰ ਨੂੰ ਕਾਨੂੰਨ ਵਾਪਸ ਕਰੀਏ। ਪੰਜਾਬ 'ਚ ਹਾਂਜੀ, ਮੈਂ ਉਹਨਾਂ ਬਾਰੇ ਨਹੀਂ ਗੱਲ ਕਰਨਾ ਚਾਹੁੰਦਾ। ਮੈਂ ਅਖੀਰ ਵਿੱਚ ਮੈਂ ਫਿਰ ਤੋਂ ਰਿਪੀਟ ਕਰਨਾ ਚਾਹੁੰਦਾ, ਜਿਹੜੇ ਸਾਡੇ ਮਿਸ਼ਨ ਹੈ, ਜਿਹੜੇ 100 ਸਾਲ ਦੇ ਉੱਤੇ ਸਾਡੀ ਪਾਰਟੀ ਦੇ ਹੈਗੇ, ਇੱਕ ਪੰਥ ਦੀ ਚੜ੍ਹਦੀ ਕਲਾ ਵਾਸਤੇ, ਪੰਜਾਬ ਦੀ ਤਰੱਕੀ ਵਾਸਤੇ ਜੋ ਕੁਛ ਵੀ ਕਰਨਾ ਪਏ ਅਸੀਂ ਕਰਾਂਗੇ। ਫੈਡਰਲ ਢਾਂਚਾ ਬਣਾਉਣਾ, ਦੇਸ਼ ਨੂੰ ਫੈਡਰਲ ਪਾਵਰਸ ਸੂਬਿਆਂ ਨੂੰ ਦਵਾਉਣੀਆਂ, ਆਹ ਸਾਡਾ ਮਿਸ਼ਨ ਰਹਿਣਾ ਹੈ। ਕਮਿਊਨਲ ਭਾਈਚਾਰਕ ਸਾਂਝ ਬਣਾਉਣੀ ਅਤੇ ਹਰ ਧਰਮਾਂ ਦਾ ਸਤਿਕਾਰ ਹੋਏ, ਉਹ ਮਿਸ਼ਨ ਲੈ ਕੇ ਅਸੀਂ ਕੁਛ ਦੇਸ਼ ਜਾਣਾ ਹੈ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਸਾਰੀਆਂ ਪਾਰਟੀਆਂ ਨੂੰ ਇਕੱਠਾ ਕਰਕੇ ਇੱਕ ਮਿਸ਼ਨ ਲੈ ਕੇ ਚੱਲੀਏ ਕਿ ਦੇਸ਼ ਸਾਰੇ ਧਰਮਾਂ ਦਾ, ਕਿਸੇ ਇੱਕ ਦਾ ਨਹੀਂ ਹੈ, ਸਾਰਿਆਂ ਦਾ, ਮੇਰਾ ਵੀ ਹੈ, ਤੁਹਾਡਾ ਵੀ ਹੈ, ਹਰ ਦਾ ਹੈ। ਸੋ ਸਾਡਾ ਦੇਸ਼ ਹੈ, ਸਾਡੇ ਵਿੱਚ ਭਰਾਵਾਂ ਭਰਾਵਾਂ ਵਿੱਚ ਵੰਡੀ ਨਹੀਂ ਹੋਣੀ ਚਾਹੀਦੀ।